ਅੱਤਵਾਦੀਆਂ ਨੂੰ ਅਗੈਂਸਟਰ ਨੂੰ ਤੇ ਖਾਲਸਾ ਨੂੰ ਕ੍ਰਸ਼ ਕਰਦੇਓ ਕ੍ਰਸ਼ ਕਰਦੇਓ ਡਰਦਾ ਹੀ ਨਹੀਂ ਮੈਂ ਗੰਜੇ ਮੰਗੂ ਨਹੀਂ ਹਾਏ ਮੇਰੇ ਨਾਂ ਆ ਗਿਆ ਹਾਏ ਮੇਰੇ ਨਾਂ ਆ ਗਿਆ ਜੇ ਉਹਨੂੰ ਲੜਨ ਨੂੰ ਹੀ ਲੱਗਦਾ ਦੁਸ਼ਮਣ ਸਾਡਾ ਸਲਮਾਨ ਖੜਾ ਸਾਡਾ ਭਰਾ ਵਾ ਵੱਡਾ ਖਾਲਸਾਨੀ ਦੇ ਗੈਂਸਟਰ ਇਕੱਠੇ ਹੋ ਚੁੱਕੇ ਨੇ ਜੁੱਤਾ ਜੁੱਤਾ ਮਾਰ ਮਾਰ ਕੇ ਇਹਨਾਂ ਦੇ ਲੋਡ ਕਰ ਦੇਵਾਂ ਖਾਲਸਾ ਨੂੰ ਸਾਰਿਆਂ ਨੂੰ ਖਾਲਸਾ ਦੇ ਮੈਂ ਜਿਹੜੇ ਜਿੰਦਾਬਾਦ ਦੇ ਨਾਰੇ ਲਿਖਦੇ ਬਈ ਚੋਰੀ ਚੋਰੀਆਂ ਲਿਖੋ ਸਾਹਮਣੇ ਲਿਖ ਕੇ ਹਗੁਰ ਗੁਰਸਮਰਨ ਸੰਗ ਮੰਨਦੇ ਜਾਂ ਗੁਰਸਮਰਨ ਦਾ ਮੰਨਦੇ ਹੈ ਨਹੀਂ ਝਾਓ ਹੈ ਨਹੀਂ ਸਾਡਾ ਹਿੰਦੂਆ ਹਿੰਦੂ ਨੂੰ ਜੱਫੀ ਪਾਉਂਗਾ ਮੈਂ ਮੁਸਲਮਾਨ ਭਰਾ ਸਾਡਾ ਸੱਚਾ ਸਿੱਖ ਜਿਹੜਾ ਉਹਨੂੰ ਵੀ ਤੁਸੀਂ ਜੱਫੀ ਪਾਉਂਗੇ ਜਿਹੜਾ ਖਾਲਸਾ ਨਹੀਂ ਆ ਉਹ ਤੁਰਾਂਗੇ ਤਾਂ ਮਾਰਾਂਗੇ ਉਹਦੇ ਭਾਰਤ ਐਸੇ ਕੰਮ ਨਹੀਂ ਕਰਦਾ ਜਿਹੜਾ ਪੰਨੂ ਅੱਤਵਾਦੀ ਆ ਉਹਨੂੰ ਨਰਕਾਂ ਟਿਕਟ ਮਿਲਣੀ ਮਿਲਣੀ ਅਵਸ਼ਿਅ ਮਿਲਣੀ ਆ ਆਪਾਂ ਰਹਿਣਾ ਭਾਰਤ ਦੇ ਆ ਪਾਕਿਸਤਾਨ ਤੁਸੀਂ ਵਿਛਟਣ ਦੇ ਤੌਰ ਤੇ ਗਏ ਹੋ ਤੁਸੀਂ ਗੱਲਾਂ ਪਾਕਿਸਤਾਨ ਦੀ ਗੱਲਾਂ ਕਰਦੇ ਹੋ ਇਹ ਵੀ ਗੱਲ ਗਲਤ ਹੈ ਕਹਿੰਦੇ ਯਾਰ ਪ੍ਰੀਤ ਜੀ ਮੈਂ ਨਿੰਦਾ ਕਰਦਾ ਇਸ ਗੱਲ ਦੀ ਵੀ ਲਗਾਤਾਰ ਥ੍ਰੈਟ ਰਹਿੰਦੀ ਐ ਸਾਰੀ ਥ੍ਰੈਟ ਦੇ ਭਾਜੀ ਮਰਨਾ ਤੇ ਇੱਕ ਵਾਰੀ ਆ ਇਹ ਨਹੀਂ ਹੈਗਾ ਵੀ ਆਪਾਂ ਡਰਨਾ ਕਿ ਮੌਤ ਤੋਂ ਕਿਉਂ ਡਰਨਾ ਮੌਤ ਤਾਂ ਟਲ ਸੱਚਾਈ ਆ ਅਸੀਂ ਜਿਵੇਂ ਸੁਖ ਸ਼ਾਂਤੀ ਰਹਿ ਰਹੇ ਹਾਂ ਉਹ ਰਹਿਣ ਦਿਓ ਪਰ ਜਿਹੜਾ ਹੱਤਵਾਂ ਦੀ ਗੁਰਮਤਿ ਪੰਨੂ ਆ ਕਦੇ ਕਹਿੰਦਾ ਆਂਡੀਆਂ ਰੇਅਰ ਲਾਈਨ ਨੂੰ ਬੰਦ ਕਰ ਦੇਾਂਗੇ ਜੇ ਕਰਦੇ ਆਂ ਉਹ ਕਰ ਧਮਕੀ ਦੇ ਰਿਹਾ ਉਹਦੀ ਅਸੀਂ ਧਮਕੀ ਇੱਕ ਨਹੀਂ ਚੱਲਣ ਦੇਵਾਂਗਾ ਜੇ ਮੇਰਾ ਬਾਤ ਚੱਲੇ ਮੈਂ ਤਾਂ ਉਹਦੇ ਕਾਲਰ ਤੋਂ ਨਾ ਫੜ ਕੇ ਕਿਸੇ ਢੀਡ ਕੇ ਇੱਥੇ ਲਿਆਵਾਂ ਤੇ ਆੜ ਜਿਹਾ ਹਟਾ ਦਵਾਂ ਪ੍ਰਸ਼ਾਸਨ ਨੂੰ ਮਿਲ ਕੇ ਨਾਲ ਦਵਾਰ ਸਾਹਿਬ ਆਪਾਂ ਲੱਖਾਂ ਲੋਕ ਜਾਂਦੇ ਆ ਉੱਥੇ ਕੋਈ ਪੈਸਾ ਮੰਗਦਾ ਕੋਈ ਨਹੀਂ ਮੰਗਦਾ ਕਿੰਨਾ ਪੀਸਫੁਲੀ ਜਾਂਦੇ ਆ ਆਪਣੇ ਲੋਕ ਲੰਗਰ ਕਰਨੇ ਲ ਇਸ ਕਰਕੇ ਇਨਾ ਸਾਡੇ ਜਿਹੜੀ ਹਰਿਆਣਾ ਆਪਨੇ ਹਿਮਾਚਲ ਸਰਕਾਰ ਆ ਇਹਨੂੰ ਪੈਸਾ ਨਹੀਂ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਦਰਸ਼ਨ ਕਰਨ ਜਾਂਦੇ ਆ ਆਓ ਵਧਾਓ ਜੀ ਆਈਐਸਏ ਦਾ ਪਾਲਤੂ ਕੁੱਤਾ ਨਾ ਚਾਹੇ ਗੁਰਪਤਾਂ ਪੰਨੂ ਆ ਚਾਹੇ ਜਿਹੜੇ ਨਾਰੇ ਲਿਖਦੇ ਪਏ ਆ ਖਾਲਸਤਾਨੀ ਇਹ ਇਹ ਨਾਰੇ ਜੂਤ ਫਿਰਨ ਵਾਲੀ ਆ ਸਸਿਕਾਲਾ ਲਗਾਤਾਰ ਇਹ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਹਜੇ ਵੀ ਕਈ ਜਗ੍ਹਾ ਤੇ ਕਈ ਮਸਲੇ ਨੂੰ ਲੈ ਕੇ ਕਿਉਂਕਿ ਜਦੋਂ ਨਿਜਰ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਵਿਰੋਧ ਦੇਖਣ ਨੂੰ ਮਿਲਦੇ ਨੇ ਤੇ ਨਾਲ ਹੀ ਹੁਣ ਜੇ ਦੇਖੀਏ ਤਾਂ ਲੇਟੈਸਟ ਮਸਲਾ ਇਹ ਵੀ ਸਾਹਮਣੇ ਆਇਆ ਕਿ ਅਮਰੀਕਾ ਦੇ ਵਿੱਚ ਹੁਣ ਭਾਰਤ ਇਨਵੈਸਟੀਗੇਟ ਕਰ ਰਿਹਾ ਹੈ ਕਿ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਰਚੀ ਗਈ ਹਾਲਾਂਕਿ ਇਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਇੱਕ ਤਸਵੀਰ ਹੋਰ ਸਾਹਮਣੇ ਆਈ ਸੀ ਜਦੋਂ ਮਾਤਾ ਚਿੰਤਪੂਰਨੀ ਦੇ ਦਰਬਾਰ ਦੇ ਵਿੱਚ ਹੋਰਾਂ ਨੇ ਉੱਥੇ ਇੱਕ ਚੀਜ਼ ਨੂੰ ਲੈ ਕੇ ਜਿਕੇ ਇਹ ਵਾਦ ਤਾਂ ਨਹੀਂ ਕਹਾਂਗੇ ਵੀ ਖੜਾ ਕੀਤਾ ਬਲਕਿ ਇੱਕ ਗੱਲ ਸਾਹਮਣੇ ਰੱਖੀ ਕਿ ਜਿਹੜੇ ਉੱਥੇ ਪੈਸੇ ਲਏ ਜਾਂਦੇ ਨੇ ਉਹ ਗਲਤ ਹੈਗਾ ਗੁਰਸਿਮਰਨ ਮਾਨ ਸਾਡੇ ਨਾਲ ਨੇ ਹਣ ਸਾਹਿਬ ਦੇਖਿਓ ਪਹਿਲਾਂ ਤਾਂ ਹਾਲਾਂਕਿ ਤੁਹਾਡਾ 13 ਦਾ ਅੰਕੜਾ ਹੈਗਾ ਪਨੋਹਰਾਂ ਦੇ ਨਾਲ ਪਰ ਇਹ ਗੱਲ ਠੀਕ ਸਮਝਦੇ ਹਾਂ ਵੀ ਕੋਈ ਜਿਵੇਂ ਐਲੀਗੇਸ਼ਨ ਲੱਗ ਰਹੇ ਨੇਗੇ ਵੀ ਭਾਰਤ ਜੀ ਉੱਥੇ ਸਾਜ਼ਿਸ਼ ਰਚ ਰਿਹਾ ਹੈ ਹੁਣ ਹਾਲਾਂਕਿ ਭਾਰਤ ਨੇ ਤਾਂ ਕਹਿ ਵੀ ਅਸੀਂ ਇਨਵੈਸਟਿਗੇਟ ਕਰਾਂਗੇ ਸਾਨੂੰ ਸਬੂਤ ਦਿਓ ਤੁਸੀਂ ਕੀ ਹੈ ਉਦੋਂ ਪਹਿਲਾਂ ਕੈਨੇਡਾ ਦੇ ਵਿੱਚ ਇਪ ਸਾਰੀਆਂ ਦੇਸ਼ਾਂ ਦੇ ਵਿੱਚ ਇੰਡੀਆ ਨੂੰ ਲੈ ਕੇ ਕਿਸ ਤਰ੍ਹਾਂ ਦਾ ਇੱਕ ਚਲਨ ਚੱਲ ਰਿਹਾ ਹੈ ਲੱਗਦਾ ਤੁਹਾਨੂੰ ਕੀ ਭਾਰਤ ਸੱਚੀਓ ਕਿਤੇ ਨਾ ਕਿਤੇ ਗਲਤ ਕਰ ਰਿਹਾ ਹੋਵੇ ਜਿਆਦਾਤਰ ਸਿੱਖ ਕਮਿਊਨਿਟੀ ਇਹਦਾ ਵਿਰੋਧ ਕਰ ਰਹੀ ਹੈ ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਾਡਾ ਭਾਰਤ ਜਿੰਦਾਬਾਦ ਆ ਜਿੰਦਾਬਾਦ ਰਹੂਗਾ ਜਿਹੜੇ ਤੁਸੀਂ ਕਹਿੰਦੇ ਹੋ ਅਲੀਗੇਸ਼ਨ ਭਾਰਤ ਐਸੇ ਕੰਮ ਨਹੀਂ ਕਰਦਾ ਜਿਹੜਾ ਪੰਨੂ ਅਤਵਾਦੀ ਆ ਉਹਨੂੰ ਨਰਕਾਂ ਟਿਕਟ ਮਿਲਣੀ ਮਿਲਣੀ ਅਵਸ਼ਿਅ ਮਿਲਣੀ ਆ ਜਿਹੜੇ ਇਹਦੇ ਕਰਮ ਨੇ ਨਾ ਉਹ ਕਰਮ ਧੋ ਨਹੀਂ ਹੋਣੇ ਦੇ ਇਹ ਪਾਪ ਪਾਪ ਇਹਦੇ ਵੱਧ ਚੁੱਕੇ ਆ ਪਾਪਾਂ ਨਾਲੇ ਢੋਗਰਾ ਢੋਗਰਾ ਨਾ ਇਹਦਾ ਭਰ ਚੁੱਕਿਆ ਪਰ ਲੱਗਦਾ ਤੁਹਾਨੂੰ ਉੱਥੇ ਦੀ ਜੇ ਕਿਹਾਵੇ ਸਿੱਖ ਕਮਿਊਨਿਟੀ ਆ ਉੱਥੇ ਦੀ ਆ ਭਾਵੇਂ ਲਈਏ ਉਹਨੂੰ ਹੀਰੋ ਮੰਨਦੇ ਨੇ ਉਹ ਹੀਰੋ ਨਹੀਂ ਉਹ ਗਿੱਦੜ ਨੇ ਸਾਡੇ ਪਹਿਲੇ ਦਾ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਨੇ ਚਾਹੇ ਕੈਨੇਡਾ ਚ ਲਾ ਲੋ ਆ ਹੁਣ 2-4 ਦਿਨ ਪਹਿਲਾਂ ਮੰਦਿਰ ਦੇ ਬਾਹਰ ਹੂਟਿੰਗ ਕੀਤੀ ਉਹਨਾਂ ਨੇ ਮੈਂ ਉਹਨਾਂ ਪੁੱਛਣਾ ਚਾਹੁੰਨਾ ਤੁਹਾਡੇ ਵੀ ਕੇਸ ਰੱਖੇ ਹੋਏ ਆ ਦਾੜੀਆਂ ਪ੍ਰਕਾਸ਼ ਕੀਤੀਆਂ ਹੋਈਆਂ ਨੇ ਅਮਰਿਤਸਰ ਅਮਰਿਤ ਸ਼੍ਰੀ ਅਮਰਿਤ ਛਕਿਆ ਹੋਇਆ ਤੁਸੀਂ ਤੁਸੀਂ ਸਾਡੇ ਤਿਰੰਗੇ ਦਾ ਅਪਮਾਨ ਕਰਦੇ ਪਿਓ ਫੁੱਟਬਾਲ ਲੜੇੜ ਕੇ ਤੁਸੀਂ ਸਾਡੇ ਤਿਰੰਗੇ ਨੂੰ ਅਪਮਾਨ ਕਰਦੇ ਪਿਓ ਮੰਦਿਰ ਦੇ ਬਾਹਰ ਜਾ ਕੇ ਗੱਲਾਂ ਕਰਦੇ ਪਿਓ ਅਪਮਾਨ ਕਰਨ ਵਾਲੀਆਂ ਹੁਣ ਮਾਂ ਚੰਦਪੁਰ ਨੇ ਦਰਬਾਰ ਦੇ ਨੀਚੇ ਤਲਵਾੜਾ ਰੋਡ ਤੇ ਉੱਥੇ ਲਿਖਦਾ ਅਪਸ਼ਬਦ ਜਿਹੜੇ ਉਹ ਲਿਖਨੇ ਆ ਖਾਲਸਾਣ ਦੇ ਮੈਂ ਜਿਹੜੇ ਜਿੰਦਾਬਾਦ ਦੇ ਨਾਰੇ ਲਿਖਤੇ ਇਹ ਕਿਉਂ ਲਿਖੇ ਗਏ ਆ ਮੈਂ ਪੁੱਛਣਾ ਚਾਹਨਾ ਬਈ ਚੋਰੀ-ਚੋਰੀਆਂ ਲਿਖੋ ਸਾਹਮਣੇ ਲਿਖ ਕੇ ਦਿਖਾਓ ਗੁਰਸਿਮਰ ਸਿੰਘ ਮੰਨਦੇ ਜਾਂ ਗੁਰਸਿਮਰ ਸਿੰਘ ਮੰਨਦਾ ਹੈ ਨਹੀਂ ਜਾਂ ਉਹ ਹੈ ਨਹੀਂ ਆਪਦੇ ਗੱਲ ਕਹਾਗੇ ਨੰਬਰ 2 60 ਜਿਹੜਾ ਸਾਡਾ ਭਾਰਤ ਦਾ ਕਾਨੂੰਨ ਬਣਿਆ ਜਾਂ ਸੰਵਿਧਾਨ ਬਣਿਆ ਸਾਨੂੰ ਮਨਜ਼ੂਰ ਆ ਚਾਹ ਜੁਡੀਸ਼ਰੀ ਆ ਚਾਹ ਪੰਜਾਬ ਬੋਲ ਦਾ ਕਾਨੂੰਨ ਆ ਚਾਹ ਚੰਡੀਗੜ੍ਹ ਬੋਲ ਦਾ ਜੋ ਵੀ ਸਾਡੇ ਸੰਵਿਧਾਨ ਬਣਿਆ ਬੀ ਆਰ ਅੰਬੇਦਕਰ ਜੀ ਦਾ ਸਾਨੂੰ ਮਨਜ਼ੂਰ ਆ ਸਾਨੂੰ ਲੋੜ ਹੀ ਨਹੀਂ ਕੋਈ ਸਾਡਾ ਹਿਮਾਚਲ ਸਾਡਾ ਬੱਕਰਾ ਸੂਬਾ ਬਣ ਗਿਆ ਤੇ 165 ਛਾਟ ਬਣਿਆ ਹਮਾ ਹਰਿਆਣਾ ਅਲੱਗ ਬਣ ਗਿਆ ਭਾਰਤ ਪੰਜਾਬ ਅਲੱਗ ਹੋਣਗੇ ਸਾਨੂੰ ਖੁਸ਼ੀ ਆ ਠੀਕ ਆ ਜੋ ਹੋ ਗਿਆ ਪਹਿਲਾਂ ਸਾਡੇ ਵੱਡਿਆਂ ਨੇ ਜਿਹੜੇ ਨੇਤਾ ਲੋਕ ਸੀ ਉਹਨਾਂ ਨੇ ਕਰ ਲਿਆ ਠੀਕ ਆ ਸਾਨੂੰ ਮਨਜ਼ੂਰ ਆ ਹੁਣ ਅਸੀਂ ਬੰਨੀਆਂ ਕਿਉਂ ਪਾ ਰਹੇ ਆ ਬੰਨੀਆਂ ਸਾਨੂੰ ਪਾਉਣ ਦੀ ਲੋੜ ਨਹੀਂ ਪਾਜੀ ਅਸੀਂ ਜਿਵੇਂ ਸੁਖ ਸ਼ਾਂਤੀ ਰਹਿ ਰਹੇ ਹਾਂ ਉਹਨੂੰ ਰਹਿਣ ਦਿਓ ਪਰ ਜਿਹੜਾ ਹੱਤਵਾਦੀ ਗੁਰਮਤੰਪਨੂ ਆ ਕਦੇ ਕਹਿੰਦਾ ਇੰਡੀਆ 에ਅਰਲਾਈਨ ਨੂੰ ਬੰਦ ਕਰ ਦੇਵਾਂਗੇ ਜੇ ਕਰਦੇ ਆ ਉਹ ਕਰ ਧਮਕੀਆਂ ਦੇ ਰਿਹਾ ਉਹਦੀ ਅਸੀਂ ਧਮਕੀ ਇੱਕ ਨਹੀਂ ਚੱਲਣ ਦੇਵਾਂਗਾ ਜੇ ਮੇਰਾ ਬਾਤ ਚੱਲੇ ਮੈਂ ਤਾਂ ਉਹਦੇ ਕਾਲਰ ਤੋਂ ਨਾ ਫੜ ਕੇ ਕਿਸੇ ਢਿੱ ਆਪਾਂ ਤਾਂ ਇਹ ਨਾ ਕਰ ਸਕਦੇ ਆ ਲੱਗਦਾ ਨਹੀਂਗਾ ਏਸੀ ਚੀਜ਼ਾਂ ਨੂੰ ਲੈ ਕੇ ਮਨ ਸਭ ਤੁਹਾਡਾ ਵੀ ਬਹੁਤ ਵਿਰੋਧ ਹੁੰਦਾ ਹੈ ਬਹੁਤ ਚੀਜ਼ਾਂ ਨੂੰ ਲੈ ਕੇ ਗੁਰੂ ਦੇ ਸੱਚੇ ਸਿੱਖ ਭਾਰਤ ਮਾਤਾ ਦੀ ਜੈ ਕਹਣ ਵਾਲੇ ਆ ਜੈ ਸ਼੍ਰੀ ਰਾਮ ਕਹਣ ਵਾਲੇ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕਾ ਫਤਿਹ ਕਹਿਣ ਵਾਲੇ ਆ ਅਸੀਂ ਦੇਸ਼ ਨੂੰ ਤੋੜਨ ਦੇ ਜਿਹੜੇ ਖਿਲਾਫ ਆ ਉਹਨਾਂ ਲੋਕਾਂ ਦੇ ਖਿਲਾਫ ਬੋਲਦੇ ਆ ਨਾ ਕਿ ਅਸੀਂ ਆਪ ਦੇ Hindu Muslim Sikh Sai Jaini Buddha ਭਰਾਵਾਂ ਦੇ ਖਿਲਾਫ ਬੋਲਦੇ ਆ ਉਹਦੇ ਸਾਰੇ ਇੱਕਾਂ ਸੀ ਤੁਸੀਂ ਸਾਡੇ ਸਰਦਾਰ ਭਰਾਵੋ ਸਾਡੇ ਹੋਰ Hindu ਭਰਾ ਨੇ Muslim ਭਰਾ ਨੇ ਸਾਰੇ ਇੱਕਾਂ ਸੀ ਪਰ ਜਿਹੜੀ ISAI ਦਾ ਪਾਲਤੂ ਕੁੱਤਾ ਨਾ ਚਾਹੇ ਗੁਰਪਤੰਥ ਪੰਨੂ ਆ ਚਾਹੇ ਜਿਹੜੇ ਨਾਰੇ ਲਿਖਦੇ ਪਏ ਆ ਖਾਲਸਤਾਨੀ ਇਹ ਆ ਇਹ ਨਾਰੇ ਜੂਤ ਫਿਰਨ ਵਾਲੀ ਆ ਮੈਂ ਜਿਹੜਾ ਆਪਣੇ ਬੂਟ ਉਤਾਰ ਕੇ ਕਹੂੰਗਾ ਫਿਰ ਕਹਿਣਗੇ ਮੰਡ ਜਿਆਦਾ ਕਰਦਾ ਵਾ ਮੈਂ ਤਾਂ ਜੁੱਤਾ ਜੁੱਤਾ ਮਾਰ ਮਾਰ ਕੇ ਇਹਨਾਂ ਦੇ ਲੋਡ ਕਰ ਦੇਵਾਂ ਖਾਲਸਾ ਨੂੰ ਸਾਰਿਆਂ ਨੂੰ ਚਾਹੇ ਸਾਡੇ ਪੰਜਾਬ 'ਚ ਬੈਠੇ ਆ ਚਾਹੇ ਚੰਡੀਗੜ੍ਹ 'ਚ ਬੈਠਾ ਜਿਹੜੇ ਹਿਮਾਚਲ ਜਿਹੜੇ ਹੁਣ ਮਾਤਾ ਚੰਦਪਨ ਦਰਬਾਰ ਲਿਖੇ ਆ ਲਗਾਤਾਰ ਥ੍ਰੈਟ ਰਹਿੰਦੀ ਆ ਸਾਰੀ ਚੀਜ਼ ਥ੍ਰੈਟ ਦੇ ਭਾਜੀ ਮਰਨ ਦਾ ਇੱਕ ਵਾਰੀ ਆ ਇਹ ਨਹੀਂ ਹੈਗਾ ਵੀ ਆਪ ਡਰਨਾ ਕਿ ਮੌਤ ਤੋਂ ਕਿਉਂ ਡਰਨਾ ਮੌਤ ਤਾਂ ਟਲ ਚਾਈ ਆ ਮੌਤ ਜਮਣਾ ਮਰਨਾ ਇਹ ਪ੍ਰਮਾਤਮਾ ਦੇ ਹੱਥ ਆ ਲੇਕਿਨ ਸਾਡੇ ਹੱਥ ਵਿੱਚ ਕੋਈ ਨਹੀਂ ਅਸੀਂ ਲੈਣਾ ਭਾਰਤ ਮਾਤਾ ਦੇ ਸਪੂਤ ਸੱਚੇ ਸਬੂਤ ਬਣ ਕੇ ਲੇਕਿਨ ਇਹ ਜਿਹੜੇ ਅਤਵਾਦੀ ਆ ਗੁਰਪਤੰਥ ਬੰਨੂ ਨਾ ਮੈਂ ਤਾਂ ਇਹ ਕਹੂੰਗਾ ਰੱਬ ਅਕੈ ਅਰਦਾਸ ਕਰੂੰਗਾ ਏ ਵਾਹਿਗੁਰੂ ਇਹ ਕੱਲ ਦੀ ਨਰਕਾਇਟਿਕ ਮਿਲ ਜੂਣੀ ਅੱਜ ਦੇ ਦੇ ਨਹੀਂ ਪਰ ਇਹ ਤੁਹਾਨੂੰ ਨਹੀਂ ਰਾਦਾ ਵੀ ਜਿਹੜਾ ਐਡੇ ਵੱਡੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਵਿਰੋਧ ਹੋ ਰਿਹਾ ਆ ਉਦੋਂ ਕੋਈ ਵਿਰੋਧ ਕਿਹੜਾ ਹੋ ਰਿਹਾ ਭਾਜੀ ਨਿਜਰ ਦੀ ਮੌਤ ਨੂੰ ਲੈ ਕੇ ਲਗਾਤਾਰ ਇੰਡੀਆ ਨੂੰ ਬਲੇਮ ਖੁਦ ਅਤਵਾਦੀ ਆ ਨਿਜਰ ਖੁਦ ਆਪਸ ਵਿੱਚ ਲੜੇ ਆ ਸਾਡੇ ਭਾਰਤ ਦੇ ਖਿਲਾਫ ਇਲਜ਼ਾਮ ਲਾਉਂਦੀ ਮੈਂ ਭਾਰਤ ਨੂੰ ਕੀ ਲੋੜ ਪਈ ਹੈ ਉਹ ਬਾਹਰ ਧਰਤੀ ਦੇ ਬੈਠਾ ਸਾਡਾ ਭਾਰਤ ਦਾ ਜ਼ਾਇਰਾ ਵਿਸ਼ਾਲ ਆ ਬਹੁਤ ਵਧੀਆ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਤੇ ਅਮਿਸ਼ਾ ਜੀ ਕੇਂਦਰੀ ਗ੍ਰਹਿ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਇਹਨਾਂ ਲੋਕਾਂ ਤਕਰੀਬ ਲੱਗ ਰਹੀ ਆ ਇਹਨਾਂ ਮੰਡਰੂ ਵੀ ਤਖਲੀਬ ਮੰਡਰੂ ਦੀ ਤਖਲੀਬ ਆ ਇਹਨਾਂ ਨੂੰ ਇਸ ਕਰਕੇ ਇਹਨਾਂ ਦੀ ਗੱਲ ਹੀ ਨਾ ਕਰਿਆ ਕਰੋ ਜਿਹੜਾ ਹੁਣ ਗਿੱਪੀ ਗਰੇ ਵਾਲਾ ਗਿੱਪੀ ਗਰੇ ਵਾਲੇ ਦੇ ਘਰ ਤੇ ਕੈਨੇਡਾ ਚ ਗੁਣੇ ਚੱਲੀਆਂ ਉਹ ਲਾਰੈਂਸ ਬਸਰੋਈ ਜਮਵਾਰੀ ਲੈਂਦਾ ਸੁਲਮਾਨ ਖਾਨ ਆ ਸੁਲ ਆਪਣੇ ਫਿਲਮ ਇੰਡਸਟਰੀ ਚਲਾ ਰਿਆ ਗਿੱਪੀ ਗਰੇਵਲ ਕੰਮ ਕਰਦਾ ਜਦੋਂ ਆਪਾਂ ਦੋ ਭਰਾ ਆ ਇੱਕ ਦੂਜੇ ਭਰਾਵੇਂ ਭਰਾ ਹੀ ਹੋਵਾਂਗੇ ਕਦੇ ਦੁਸ਼ਮਣ ਤਾਂ ਨਹੀਂ ਹੋਵਾਂਗੇ ਜੇ ਜੇ ਉਹਨੂੰ ਲਾਰੈਂਸ ਰੂਸਨ ਨੂੰ ਹੀ ਲੱਗਦਾ ਦੁਸ਼ਮਣ ਸਾਡਾ ਸਲਮਾਨ ਖਰਾ ਸਾਡਾ ਭਰਾ ਵਾ ਵੱਡਾ ਲੇਕਿਨ ਜਿਹੜੀਆਂ ਹੁਣ ਜਸਟਨ ਟਰੂਡੋ ਆ ਉਹ ਕੀ ਕਰ ਰਿਹਾ ਉਹ ਖਾਲਿਸਤਾਨੇ ਨੂੰ ਵੋਟਾਂ ਦੇ ਖਾਤਰ ਪ੍ਰਮੋਟ ਕਰ ਰਿਹਾ ਲੇਕਿਨ ਉਹ ਗਲਤ ਗੱਲ ਆ ਇਹ ਤੁਹਾਨੂੰ ਕੀ ਲੱਗਦਾ ਇਹ ਦੋਨੇ ਮਸਲੇ ਤਾਂ ਜੇ ਦੇਖਿਆ ਜਾ ਵੱਖਰਾ ਵੱਖਰਾ ਲਾਰੈਂਸ ਦਾ ਤਾਂ ਚਾਹੁੰਦਾ ਆਪਣਾ ਇੱਕ ਅਲੱਗ ਸਿਸਟਮ ਚਾਹੁੰਦਾ ਤੇ ਬਾਜੀ ਸੁਣੋ ਜਿਹੜੇ ਪ੍ਰੋਸੈਜਾਂ ਉਤਤਰਾ ਗੱਲ ਪਤਾ ਲੱਗੇ ਖਾਲਸਾਨੀ ਦੇ ਗੈਂਗਸਟਰ ਇਕੱਠੇ ਹੋ ਚੁੱਕੇ ਨੇ ਕਿਉਂਕਿ ਗੈਂਗਸਟਰ ਜਿਵੇਂ ਮੇਰੇ ਵਰਗਾ ਖਾਲਸਾਨੀ ਕਹਿੰਦੇ ਅਸੀਂ ਪੈਸਾ ਦੇਵਾਂਗੇ ਗੈਂਗਸਟਰ ਆ ਕੇ ਭੁੱਖੇ ਭਈ ਤੁਸੀਂ ਚਲੋ ਟਕ ਟਕ ਕਰ ਦਿਓ ਤੁਸੀਂ ਪਹਿਲਾਂ ਪਹਿਲਾਂ ਕਿੰਨੇ ਬੰਦੇ ਉਰੇ ਫੜੇਗੇ ਤੁਹਾਨੂੰ ਕਦੇ ਏਜੰਸੀਆਂ ਦਾ ਆਇਆ ਵੀ ਭਈ ਤੁਹਾਡਾ ਨਾਂ ਵਿੱਚ ਸ਼ਾਮਲਾਗਾ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਡਰਦਾ ਹੀ ਨਹੀਂ ਮੈਂ ਕਹਿੰਨਾ ਮੇਰਾ ਨਾਮ ਆਵੇ ਮੈਂ ਕੀ ਲੈਣਾ ਮੈਂ ਆਪਣਾ ਕੰਮ ਕਰਨਾ ਮੈਨੂੰ ਨੌਂ ਆਉਣ ਦਾ ਨਾ ਮਤ ਨਹੀਂ ਹੈਗਾ ਮੈਂ ਗੰਜੇ ਵਾਂਗੂ ਨਹੀਂ ਹਾਏ ਮੇਰੇ ਨਾਮ ਆ ਗਿਆ ਹਾਏ ਮੇਰੇ ਨਾਮ ਆ ਗਿਆ ਇਹ ਨਾ ਆਪਾਂ ਨਹੀਂ ਕੰਮ ਕਰਦੇ ਬਾਜੀ ਅਸੀਂ ਵਾਇਗਰੂ ਦੀ ਆਇਆ ਤਾਂ ਤੁਸੀਂ ਮਿੱਤਰ ਰੋੜੇ ਦੀ ਸ਼ਾਇਦ ਗੱਲ ਕਰ ਰਹੇ ਹੋ ਪਰ ਉਹ ਤਾਂ ਜੀ ਕਹਿੰਦਾ ਜੀ ਨਵਾਂ ਆ ਰਿਹਾ ਖੁਦ ਬੰਦੇ ਨੂੰ ਇਤਿਹਾਰਤ ਰੱਖਣੀ ਨਹੀਂ 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 ਉਹ ਨਹੀਂ ਡਰ ਨਾ ਕਰਵਾਸਿਆ ਅਸੀਂ ਦੇਸ਼ ਦੀ ਸੇਵਾ ਕਰਨੀ ਆ ਪ੍ਰਾਈਵੇਟ ਤੌਰ ਤੇ ਸਰਕਾਰੀ ਤੌਰ ਤੇ ਨਹੀਂ ਮੈਂ ਕਹਿ ਰਿਹਾ ਦੇਸ਼ ਦੇ ਸੱਚ ਸਾਡੇ ਭਾਰਤ ਦੇ ਜਵਾਨ ਨੇ ਫੌਜੀ ਜਵਾਨ ਉਹ ਜਦੋਂ ਮਾਂ ਪਿਓ ਨੂੰ 21 22 ਸਾਲ ਦੀ ਉਮਰ ਭੇਜਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਫਨ ਮੰਨ ਕੇ ਜਾ ਰਿਹਾ ਸਾਡਾ ਬੇਟਾ ਹੈ ਪਤਾ ਨਹੀਂ ਕਿਹੜੇ ਟਾਈਮ ਉਹਨੇ ਚੀਦ ਹੋ ਕੇ ਆਇਆ ਉਹ ਹੀ ਗੱਲ ਹੁੰਦੀ ਹੈ ਨਾ ਸਾਲ ਦੋ ਸਾ ਨੌਕਰੀ ਕਰਦਾ ਵਿਚਾਰਾ ਸ਼ਹੀਦ ਹੋ ਕੇ ਆ ਜਾਂਦਾ ਫਿਰ ਇਸ ਕਰਕੇ ਡਰਨਾ ਨਹੀਂ ਆਪਾਂ ਹੈਗਾ ਇਹ ਅੱਤਵਾਦੀਆਂ ਤੋਂ ਖਾਲਸਤਾਨੀਆਂ ਤੋਂ ਇਹਨਾਂ ਦਾ ਸਫਾਇਆ ਕਰਨਾ ਆਪਣੇ ਪੰਜਾਬ ਦੇ ਕੋਰਨਰ ਸਾਹਿਬ ਨੇ ਕੀ ਕਿਹਾ ਸੀਗਾ ਕ੍ਰਸ਼ ਕਰ ਦਿਓ ਮੈਂ ਵੀ ਇਹੀ ਗੱਲ ਕਰਨਾ ਅੱਤਵਾਦੀਆਂ ਨੂੰ ਆ ਗੈਂਗਸਟਰਾਂ ਨੂੰ ਤੇ ਖਾਲਸਤਾਨੀਆਂ ਨੂੰ ਕ੍ਰਸ਼ ਕਰ ਦਿਓ ਮਾਮਲਾ ਖਤਮ ਹੋ ਜਾਊਗਾ ਸੁਖ ਸ਼ਾਂਤੀ ਹੋ ਜਾਊਗੀ ਨਾ ਸਕੋਟੀਆਂ ਰੌਲਾ ਵੀ ਮੈਨੂੰ ਸਕੋਟੀਆਂ ਘੱਟ ਮਿਲ ਗਈ ਮੈਨੂੰ ਵੱਧ ਮਿਲ ਗਈ ਲੋਕਾਂ ਨੂੰ ਸਕੋਟੇ ਮਾਮਲਾ ਖਤਮ ਹੋ ਜਾਊਗਾ ਹੈ ਜੇ ਕਿ ਇਹ ਹੁਣ ਤੁਸੀਂ ਚੰਤਪੁਰ ਪੂਰਣੀ ਮਾਤਾ ਦੇ ਦਰਬਾਰ ਤੇ ਗਏ ਸੀ ਉੱਥੇ ਕੀ ਤੋੜਾ ਰੌਲਾ ਪਿਆ ਸੀਗਾ ਅਜ ਦਿਨ ਆ ਭਾਜੀ 1100 ਰੁਪਿਆ ਆਮ ਆਦਮੀਆਂ ਲੋਕਾਂ ਤੋਂ ਲੈਂਦੇ ਨੇ ਇਹ ਵੀ ਤੁਹਾਨੂੰ ਬੀਆਈਪੀ ਦਰਸ਼ਨ ਕਰਾਨੇ ਆ ਵੀ ਇੱਕ ਦਾ 120 ਰੁਪਿਆ ਜਿਹੜੀ ਉਹ ਤੇ ਪਾਰਕਿੰਗਾਂ ਨਜਾਇਜ਼ ਲੋਕ ਲੈ ਰਹੇ ਆ 120 ਰੁਪਏ ਦਾ ਮਤਲਬ ਬਹੁਤ ਨਜਾਇਜ਼ ਆ ਲੋਕ ਇੰਨੀ ਦੂਰੋਂ ਜਾਂਦੇ ਆ ਵਿਚਾਰੇ ਗੱਡੀਆਂ ਦੇ ਤੇਲ ਖੂਕੇ ਜਾਂਦੇ ਆ ਮਾਤਾ ਦਰਸ਼ਨ ਕਰਨ ਜਾ ਰਹੇ ਆ ਮਾਂ ਜਗ ਜਨਣੀ ਆ ਉਹਦਾ 20 ਰੁਪਏ ਹੋਣ ਚਾਹੀਦੇ ਆ ਆਮ ਤੇ ਫਿਰ 1100 ਰੁਪਿਆ ਜਿਹੜਾ ਆਮ ਯਾਤਰੀ ਉਹਨਾਂ ਨੂੰ ਲਿਆ ਜਾ ਰਿਹਾ ਫਿਰ ਜਿਹੜੇ ਵੀਆਈਪੀ ਆ ਅਸਲੀ ਵੀਆਈਪੀ ਆ ਉਹਨਾਂ ਦੇ 1 ਰੁਪਿਆ ਵੀ ਨਹੀਂ ਉਹਨਾਂ ਦੀ ਤਨਖਾਹ ਜੋ ਕਟਾਈ ਜਾਣੀ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਵੀਆਈਪੀ ਤੋਂ ਅਸਲ ਚ ਲੈਣਾ ਚਾਹੀਦਾ ਆਮ ਲੋਕਾਂ ਤੋਂ ਨਹੀਂ ਆਮ ਲੋਕਾਂ ਤੋਂ ਨਹੀਂ ਲੈਣਾ ਚਾਹੀਦਾ ਜੇ ਕਾਂਗਰਸ ਸਰਕਾਰ ਉੱਥੇ ਆਈ ਆ ਤਾਂ ਉਹਨਾਂ ਨੂੰ ਦਿਮਾਗ ਖੋਲ੍ਹ ਕੇ ਜਣਾ ਚਾਹੀਦਾ ਮਾਂ ਜਗ ਜਨਣੇ ਆ ਲੋਕ ਇੰਨੇ ਲੱਖਾਂ ਲੋਕ ਦਰਸ਼ਨ ਕਰਨ ਜਾਂਦੇ ਆ ਜੇ ਦੇਖਿਆ ਜਾਵੇ ਦੇਖ ਰੇ ਇੱਕ ਮੰਦਿਰ ਦੇ ਕੋਲੇ ਅਲੱਗ ਹੋਣਾ ਨਾ ਉਹ ਚ ਸਰਕਾਰ ਦਾ ਸਰਕਾਰੀ ਆ ਸਰਕਾਰੀ ਮੰਦਿਰ ਦੇ ਹੀਟ ਹੀਟ ਰੇਟ ਆ ਸਰਕਾਰ ਦੇ ਆ ਸੇ ਉਹ ਲੈਂਦੇ ਨੇ ਸਰਕਾਰ ਸਰਕਾਰ ਲੈਂਦੇ ਆ ਸਰਕਾਰ ਦੇ ਖਾਤੇ ਜਾਂਦੇ ਆ ਖਜ਼ਾਨਾ ਐਸ ਡੀ ਐਮ ਉੱਥੇ ਬੈਠਦਾ ਤਹਿਸੀਲਦਾਰ ਉੱਤੇ ਬੈਠਦਾ ਮੈਂ ਕਹਿੰਦਾ ਕੱਲਾ ਚਿੰਤਪੁਰ ਨੇ ਮਾਤਾ ਦੇ ਕਿਉਂ ਟੈਕਸ ਲਾਇਆ ਜੀ ਉਹਨਾਂ ਨੇ ਦਰਸ਼ਨ ਕਰਨ ਦੇ ਜਵਾਲਾ ਜੀ ਮਾਤਾ ਜੀ ਦੇ ਕੋਈ ਟੈਕਸ ਨਹੀਂ ਹੈਗਾ ਆਮ ਲੋਕ ਜੇ ਮਰਜ਼ੀ ਜਾਓ ਕਾਂਗੜਾ ਮਾਤਾ ਚਾਮੁੰਡਾ ਮਾਤਾ ਮੈਂ ਸਾਰੇ ਜਾ ਕੇ ਆਂ ਸਾਰੇ ਸਾਰੇ ਜਾ ਕੇ ਆਂ ਮੈਂ ਜਾ ਕੇ ਕੋਈ ਪੈਸਾ ਲੱਗਦਾ ਇੱਥੇ ਹੀ ਕਿਉਂ ਲੈ ਰਿਹਾ ਇਹ ਇਹ ਚੀਜ਼ਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਕੇ ਆਏ ਹੋ ਇੱਕ ਮਿੰਟ ਭਾਜੀ ਆਪਾਂ ਗੁਰੂ ਘਰ ਜਾਂਦੇ ਆ ਹੁਣ ਮੈਂ ਇੱਥੇ ਨਾਨਕਸਰ ਗੁਰਦਵਾਰ ਸਾਹਿਬ ਜਾ ਕੇ ਆ ਇੱਥੇ ਮੇਰੇ ਆਪਣਾ ਮੈਥੋਰੀਅਮ ਨੇ ਕੋਈ ਪੈਸਾ ਲਿਆ ਸਪੈਸ਼ਲ ਦਰਸ਼ਨ ਕਰਨੇ ਜਾਂ ਜੋ ਲੰਗਰ ਦਰਬਾਰ ਸਾਹਿਬ ਆਪਾਂ ਲੱਖਾਂ ਲੋਕ ਜਾਂਦੇ ਆ ਉੱਥੇ ਕੋਈ ਪੈਸਾ ਮੰਗਦਾ ਕੋਈ ਨਹੀਂ ਮੰਗਦਾ ਕਿੰਨਾ ਪੀਸਫੁਲੀ ਜਾਂਦੇ ਆ ਆਪਣੇ ਲੋਕ ਲੰਗਰ ਕਰਨੇ ਲਾਉਂਦੇ ਆ ਤੇ ਇਸ ਕਰਕੇ ਇੰਨਾ ਸਾਡੇ ਜਿਹੜੀ ਹਰਿਆਣਾ ਆਪਣੇ ਹਿਮਾਚਲ ਸਰਕਾਰ ਆ ਇਹਨੂੰ ਪੈਸਾ ਨਹੀਂ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਦਰਸ਼ਨ ਕਰਨ ਜਾਂਦੇ ਆ ਆਓ ਵਧਾਓ ਸੇ ਦੇਵੀਆਂ ਜੇ ਦੇਖਿਆ ਜਾਵੇ ਸਿੱਖ ਧਰਮ ਦੀ ਤਾਂ ਟੈਲੋਜੀ ਹੈ ਨਹੀਂ ਮੂਰਤੀ ਪੂਜਾ ਦੀ ਤੁਸੀਂ ਕਿੱਧਰ ਦੇਵੀ ਕਿੰਨੀ ਪੁੱਤਰ ਮੇਰਾ ਸਾਡਾ ਸੁਭਾਅ ਹੈ ਭਾਜੀ Hindu Muslim Sikh Sai Jaini Bodhi ਹਰ ਸਤ ਹਰ ਦਾ ਸਤਕਾਰ ਕਰਨਾ ਹਰ ਨੂੰ ਅਸੀਂ ਸਿਰ ਨੂੰ ਝੁਕਾਉਣਾ ਹਰ ਅੱਗੇ ਅਸੀਂ ਸੱਚੇ ਗੁਰੂ ਦੇ ਸਿੱਖਾਂ ਨਾ ਕਿ ਅਸੀਂ ਕਿਸੇ ਨੂੰ ਪਾੜ ਨਹੀਂ ਪਾਉਂਦੇ ਸਾਡਾ Hindu ਆ Hindu ਨੂੰ ਜੱਫੀ ਪਾਉਂਗਾ ਮੈਂ ਮੁਸਲਮਾਨ ਭਰਾ ਸਾਡਾ ਸੱਚਾ ਸਿੱਖ ਆ ਜਿਹੜਾ ਉਹਨੂੰ ਵੀ ਅਸੀਂ ਜੱਫੀ ਪਾਵਾਂਗੇ ਜਿਹੜਾ ਖਾਲਸਾ ਨਹੀਂ ਆ ਉਹਨੂੰ ਜੂਤ ਫੇਰਾਂਗੇ ਤਪੜ ਮਾਰਾਂਗੇ ਉਹਦੇ ਬਸ ਇਹਨਾਂ ਸਾਰਿਆਂ ਚ ਲੱਗਦਾ ਨਹੀਂ ਕਿ ਤੇ ਇਸ ਮਸਲੇ ਤੇ ਵੀ ਕਾਲੂ ਮੰਡਾ ਦਾ ਵਿਰੋਧ ਹੋਣ ਲੱਗੇ ਜੀ ਵੀ ਇਹ ਤਾਂ ਦੇਵੀਆਂ ਤੇ ਤੁਰੇ ਫਿਰਦਾ ਮੈਂ ਕਹਣਾ ਤੁਸੀਂ ਵੀ ਚਾਹ ਕਰ ਲਓ ਤੁਸੀਂ ਵੀ ਸਿੱਖ ਪਰਿਵਾਰ ਹੋ ਤੁਹਾਡੀ ਦਾੜੀ ਕੱਟੀ ਹੋਈ ਹੈ ਫਿਰ ਮੈਂ ਕਹਾਂ ਤੁਹਾਡੀ ਦਾੜੀ ਕੱਟੀ ਗਿਆ ਇਹ ਗੱਲੇ ਤੇ ਜਿੰਨੀ ਮਰਜੀ ਲੱਸੀ ਚ ਪਾਣੀ ਪਾਈ ਚੋ ਵਧਾਈ ਜਾਓ ਨਹੀਂ ਹੁਣ ਤੁਹਾਡਾ ਮਨ ਵਾਹਿਗੁਰੂ ਕਿਰਪਾ ਕਰੂਗਾ ਤੁਹਾਡੇ ਦਾੜੀ ਰੱਖ ਲਵਾਂਗੇ ਤੁਸੀਂ ਜੇ ਉਹ ਤੁਹਾਡੇ ਮੈਂ ਹੁਣ ਤੁਹਾਡੇ ਹੁਣੇ ਕਹਾ ਹੁਣੇ ਦਾੜੀ ਰੱਖੋ ਹੁਣੇ ਦਾੜੀ ਰੱਖੋ ਨਹੀਂ ਜਦੋਂ ਵਾਹਿਗੁਰੂ ਤੁਹਾਡੇ ਕਿਰਪਾ ਕਰੇਗਾ ਉਦੋਂ ਹੀ ਹੁਣ ਇਸ ਕਰਕੇ ਹੁਣ ਦਾ ਭਾਈਵਲਤਾ ਦੇ ਨਾਲ ਰਹਿਣਾ ਚਾਹੀਦਾ ਸਾਂਝੀ ਵਾਰਤਾ ਹਰ ਵਸੇ ਮਿਲਬਰਤਨ ਰਹਿਣਾ ਚਾਹੀਦਾ ਆਪਣਾ ਹੁਣ ਪੜੋਸੀ ਮੌਲਕ ਪਾਕਿਸਤਾਨ ਕਾ ਡਰੋਨ ਆ ਰਹੇ ਅਕਦੇ ਆ ਰਹੇ ਨਸ਼ਾ ਆ ਰਿਹਾ ਇਕੱਲੇ ਸਰਕਾਰਾਂ ਦੋਸ਼ ਨਹੀਂ ਹੈਗਾ ਇਹ ਇਹ ਜਿਹੜੇ ਸਾਡੇ ਉੱਪਰ ਵੀਰ ਉੱਥੇ ਬੈਠਿਆ ਨਾ ਹੁਣ ਹੁਣ ਪਾਕਿਸਤਾਨ ਚ ਲੋਕ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਰੋਕੋ ਭਾਰਤ ਤੁਹਾਡਾ ਨਾਲ ਦਾ ਗੌਂਢੀ ਸੁਬਾ ਇਹ ਨਹੀਂ ਹੈ ਵੀ ਤੁਸੀਂ ਭਾਰਤ ਦੇ ਖਿਲਾਫ ਬਕੋ ਹੁਣ ਕੱਲ ਕਹਿ ਨਹੀਂ ਹਰਪ੍ਰੀਤ ਸਿੰਘ ਜੀ ਪਰਸੋਂ ਦੀ ਸਟੇਟਮੈਂਟ ਆ ਰਹੀ ਹੈ ਪਾਕਿਸਤਾਨ ਚ ਬੈਠਾ ਉਹ ਕ ਸਟੇਟਮੈਂਟ ਦੇ ਰਹੇ ਨੇ ਵੀ ਜਿਹੜਾ ਇਹ ਚਾवलाਏ ਬੈਠਾ ਜਿਹੜੇ ਭਾਰਤ ਦੇ ਅੱਖਰ ਰੜਕਣ ਵਾਲਾ ਚਾवला ਸਾਹਿਬ ਬੈਠੇ ਆ ਇਹ ਕੀ ਮਤਲਬ ਮੈਂ ਸਨਮਾਨ ਕਰਦਾ ਉਹਨਾਂ ਦਾ ਆਪਾਂ ਰਹਿਣਾ ਭਾਰਤ ਦੇ ਆ ਪਾਕਿਸਤਾਨ ਤੁਸੀਂ ਵਿਜਿਟਰ ਦੇ ਤੌਰ ਤੇ ਗਏ ਹੋ ਤੁਸੀਂ ਗੱਲਾਂ ਪਾਕਿਸਤਾਨ ਦੀ ਗੱਲਾਂ ਕਰਦੇ ਹੋ ਇਹ ਵੀ ਗੱਲ ਗਲਤ ਹੈ ਕਹਿੰਦੇ ਹਰਪ੍ਰੀਤ ਜੀ ਮੈਂ ਨਿੰਦਾ ਕਰਦਾ ਇਸ ਗੱਲ ਦੀ ਵੀ ਲੇਕਿਨ ਇਹ ਗੱਲਾਂ ਉੱਤੇ ਆ ਕੇ ਹੱਤਬਾਦੀਆਂ ਨੂੰ ਪ੍ਰਮੋਟ ਕਰੀ ਜਾਂਦੇ ਹੋ ਇਹ ਬਿਲਕੁਲ ਨਹੀਂ ਚਾਹੀਦਾ ਇਹਰਬ ਦੇਖਿਆ ਜਾਵੇ ਗੁਰਸੇਮਰਲ ਮੰਡ ਦਾ ਕਹਣਾ ਕਿ ਦਿਨ ਕਿਤੇ ਇਹ ਹੈ ਕਹਿੰਦੇ ਭਾਈਵਲਤਾ ਦੇ ਨਾਲ ਜਦੋਂ ਰਹਨੇ ਆ ਤਾਂ ਗੱਲਾਂ ਸਾਰਿਆਂ ਦੀ ਕਰਨੀਆਂ ਚਾਹੀਦੀਆਂ ਨੇ ਤੇ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਚਾਹੇ ਗਿੱਪੀ ਗਰੇਵਾਲ ਤੇ ਹੁਣ ਉਹਨਾਂ ਦੇ ਘਰੇ ਅਟੈਕ ਹੁੰਦਾ ਜਾਂ ਫਿਰ ਲਗਾਤਾਰ ਜੇ ਕਹੀਏ ਕਿ ਅਮਰੀਕਾ ਕੈਨੇਡਾ ਲੱਗਿਆ ਹੋਇਆ ਹੈ ਇੰਡੀਆ ਨੂੰ ਇਹ ਗੱਲ ਕਹਿਣ ਦੇ ਵਾਸਤੇ ਕਿ ਤੁਸੀਂ ਉੱਥੇ ਕੋਈ ਨਾ ਕੋਈ ਸਾਜ਼ਿਸ਼ ਰਚ ਰਹੇ ਹੋ ਤਾਂ ਕਹਿੰਦੇ ਸਭ ਤੋਂ ਤੌਰ ਤੇ ਸਿੱਧੇ ਤੌਰ ਤੇ ਗਲਤ ਹੈਗਾ ਪਰ ਨਾਲ-ਨਾਲ ਹੀ ਉਹਨਾਂ ਨੇ ਜੇ ਦੇਖਿਆ ਜਾਵੇ Hindu devi devtaan de mandran de vich jis tarah de naal parchiyan kande katdiyan ne ਮੈਂ ਤਾਂ ਉਹਦਾ ਵੀ ਕਹਿੰਦੇ ਵਿਰੋਧ ਕਰਦਾ ਵੀ ਜਿੱਥੇ ਵੀ ਕੋ ਇਹ ਗੱਲ ਕਹਿੰਦੇ ਖਤਰੇ ਦੀ ਤਾਂ ਖਤਰਾ ਤਾਂ ਲਗਾਤਾਰ ਬਣੇ ਰਹਿੰਦਾ ਪਰ ਮਾਤਮਾ ਦੇ ਹੱਥ ਜਿਹੜਾ ਜੂਣਾ ਮਰਨਾ ਹੈਗਾ ਸੀਨੀਅਰ ਵੀਡੀਓਨ ਸਬੰਧ ਤੇ ਦੇ ਨਾਲਸ ਮਿਸਿੰਗ ਅਰਜਨਲ ਸਬਸਕਟਨ ਟੀਵੀ ਚੰਡੀਗੜ੍ਹ